ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਪੱਤੋ ਹੀਰਾ ਕੇ ਵਿੱਚ ਇੱਕ ਨੌਜਵਾਨ ਵੱਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਨਿਕਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਹਰਭਜਨ ਸਿੰਘ ਦਾ ਵਿਆਹ ਲਗਭਗ 6 ਸਾਲ ਪਹਿਲਾਂ ਹਰਪ੍ਰੀਤ ਕੌਰ ਵਾਸੀ ਬੁਰਜ ਕਲਾਰ ਨਾਲ ਹੋਇਆ ਸੀ, ਜਿਨ੍ਹਾਂ ਦੇ ਇੱਕ 3 ਸਾਲ ਦੀ ਧੀ ਅਤੇ ਇੱਕ 1.5 ਸਾਲ ਦਾ ਪੁੱਤਰ ਹੈ। ਬਜ਼ੁਰਗ ਦਰਸ਼ਨ ਸਿੰਘ ਨੇ ਦੱਸਿਆ ਕਿ ਮੇਰੀ ਨੂੰਹ ਹਰਪ੍ਰੀਤ ਕੌਰ ਦੇ ਸਾਡੇ ਪਿੰਡ ਰਹਿੰਦੇ ਰਾਜੂ ਖਾਨ ਟੇਲਰ ਮਾਸਟਰ ਦੇ ਨਾਲ ਨਜਾਇਜ਼ ਸੰਬੰਧ ਸਨ, ਜਿਸ ਦੇ ਚੱਲਦਿਆਂ ਮੇਰੇ ਪੁੱਤਰ ਅਤੇ ਮੇਰੀ ਨੂੰਹ ਵਿਚਕਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਲੇਸ਼ ਚੱਲਦਾ ਆ ਰਿਹਾ ਸੀ। ਬਜ਼ੁਰਗ ਦਰਸ਼ਨ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਕੁ ਦਿਨ ਪਹਿਲਾਂ ਮੇਰੀ ਨੂੰਹ ਹਰਪ੍ਰੀਤ ਕੌਰ ਮੇਰੇ ਪੋਤਰ ਅਤੇ ਆਪਣੇ ਛੋਟੇ ਬੱਚੇ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਚਲੀ ਗਈ ਸੀ। ਬੀਤੇ ਦਿਨੀ ਮੇਰਾ ਪੁੱਤਰ ਹਰਭਜਨ ਸਿੰਘ ਆਪਣੀ ਪਤਨੀ ਨੂੰ ਆਪਣੇ ਸਹੁਰੇ ਪਿੰਡ ਤੋਂ ਲੈਣ ਗਿਆ ਸੀ, ਜਿੱਥੇ ਉਸਦੇ ਸਹੁਰਿਆਂ ਅਤੇ ਉਸਦੀ ਪਤਨੀ ਵੱਲੋਂ ਮੇਰੇ ਪੁੱਤਰ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਮੇਰੇ ਪੁੱਤਰ ਨੇ ਘਰ ਆ ਕੇ ਜ਼ਹਿਰੀਲੀ ਚੀਜ਼ ਨਿਗਲਣ ਸਮੇਂ ਮੈਨੂੰ ਦੱਸਿਆ ਅਤੇ ਥੋੜ੍ਹੇ ਸਮੇਂ ਬਾਅਦ ਉਸਦੀ ਮੌਤ ਹੋ ਗਈ। ਗੋਲੀ ਖਾਧੀ ਹਮਦਰ ਜੀ ਨਹੀਂ ਸਮਝ ਲੱਗੀ। ਮੌਤ ਘਰੇ ਹੋਈ ਆ? ਘਰੇ ਆ ਪਿੰਡ। ਉਮਰ ਕਿੰਨੀ ਸੀਗੀ ਜੀ? ਉਮਰ 33 ਸਾਲ। ਹਾਂ, ਮਾਂ ਬੱਚੇ ਕਿੰਨੇ? 2 ਹੋਏ। ਅਤੇ ਘਰ ਵਾਲੀ ਨਾਲ ਝਗੜਾ ਕਾਹਦਾ ਪਿੱਛੇ ਸੀ? ਉਹ ਇੱਕ ਮੁੰਡਾ ਪਿੰਡ ਸੀਗਾ, ਉਹਦੇ ਕੋਲ ਆਉਂਦੀ ਜਾਂਦੀ ਸੀ, ਉਹ ਰੋਕਦਾ ਸੀਗਾ। 2-3 ਮਹੀਨੇ ਹੋ ਗਏ ਉਹ ਰੁਕੀ ਨਹੀਂ ਗੀ, ਅਤੇ ਇਹ ਰੋਕਦਾ ਸੀਗਾ ਅਤੇ ਪੇਕੀ ਜਾ ਜਿਹਦੇ ਕੋਲ ਜਾਂਦੀ ਸੀ ਉਹਦਾ ਕਿੰਨਾ? ਉਹਨਾਂ ਦਾ ਰਾਜੂ। ਕਿੱਥੋਂ ਦਾ ਜੀ? ਰਾਜੂ ਖਾਨ ਆ, ਪਤਾ ਨਹੀਂ ਜੀ ਕਿੱਥੋਂ, ਬਾਜ਼ਾਰ 'ਚ ਰਹਿੰਦਾ। ਦਸ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ? ਪੁਲਿਸ ਤੋਂ ਕੀ ਮੰਗ ਕਰਦੇ ਆ? ਵੀ ਉਹਨਾਂ ਨੂੰ ਇਹ ਸਜ਼ਾ ਮਿਲਣੀ ਚਾਹੀਦੀ ਹੈ। ਸਾਡੇ ਬੱਚਾ ਬਹੁਤ ਮਾਰੀ, ਬਸ ਨਿੱਕੇ ਨਿੱਕੇ ਬੱਚੇ ਸੀਗੇ ਜੀ। ਮੈਂ ਗਰੀਬ ਬੰਦਾ, ਪੋਤਾ ਗੱਡੀ ਪਾ ਕੇ ਮੈਂ ਕੰਮ ਕਰਨਾ ਵਾਲਾ, ਮੈਂ ਬੱਚੇ ਪਾਲੇ। ਠੀਕ ਹੈ। ਇਸ ਸਮੇਂ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਲਕਸ਼ਮਣ ਸਿੰਘ ਨੇ ਦੱਸਿਆ ਕਿ ਹਰਭਜਨ ਸਿੰਘ ਦੀ ਮੌਤ ਨਾਲ ਸੰਬੰਧਿਤ 4 ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਕੱਲ੍ਹ ਮਿਤੀ 7/8/2019 ਨੂੰ ਦਰਸ਼ਨ ਸਿੰਘ ਪੁੱਤਰ ਵਿਸਾਖਾ ਸਿੰਘ ਨੇ ਸਾਨੂੰ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਆ ਕਿ ਉਸਦਾ ਲੜਕਾ ਹਰਭਜਨ ਸਿੰਘ ਕੋਈ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਹੱਤਿਆ ਕਰ ਲਈ, ਜਿਸ ਸੰਬੰਧੀ ਅਸੀਂ ਉਹਦੀ ਵਾਈਫ ਹਰਪ੍ਰੀਤ ਕੌਰ, ਉਹਦੇ ਸੱਸ ਗੁਰਮੇਲ ਕੌਰ, ਸਹੁਰਾ ਦਰਸ਼ਨ ਸਿੰਘ ਅਤੇ ਇੱਕ ਰਾਜੂ ਖਾਨ ਦਾ ਵਿਅਕਤੀ ਆ, ਉਹਨਾਂ ਦੇ ਖਿਲਾਫ਼ FIR ਨੰਬਰ 132 ਅੰਡਰ ਸੈਕਸ਼ਨ 334 IPC ਦਰਜ ਕਰਕੇ ਕਰ ਲਈ। ਇਹ ਗ੍ਰਿਫਤਾਰੀਆਂ ਕਿੰਨੀਆਂ ਹੋਈਆਂ ਹੁਣ ਕੁੱਲ? ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ, ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਦੀ ਮੌਤ ਦਾ ਮੇਨ ਕਾਰਨ ਕੀ ਬਣਿਆ ਜੀ? ਇਹਦਾ ਦੋਨਾਂ ਮੀਆਂ ਬੀਵੀ ਦਾ ਆਪਦਾ ਘਰੇਲੂ ਕਲੇਸ਼ ਸੀਗਾ। ਉਹ ਕੱਲ੍ਹ ਆਪਣੇ ਸਹੁਰੇ ਉਹਨੂੰ ਬੁਰਜ ਕਲਾਰ ਲੈਣ ਵਾਸਤੇ ਗਿਆ ਸੀ ਆਪਣੀ ਵਾਈਫ ਨੂੰ, ਉੱਥੋਂ ਉਹਨਾਂ ਨੇ ਇੱਕ ਕੁੱਟਮਾਰ ਕੀਤੀ ਉਹਦੇ ਨਾਲ, ਦਿੱਤੇ ਉਹ ਆ ਕੇ ਉਹਨੇ ਘਰੇ ਜਾਂਦੀ ਨਹੀਂ ਸੀ। ਠੀਕ ਹੈ ਸਰ। ਪਰਿਵਾਰਕ ਮੈਂਬਰਾਂ ਦਾ ਕਹਿਣਾ ਵੀ ਕਿਸੇ ਦਾ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਵੀ ਇਸ ਲੇਡੀਜ਼ ਦੇ ਕਿਸੇ ਨਜਾਇਜ਼ ਨਾਲ ਕੋਈ ਹੋਰ ਸੰਬੰਧ ਹੈਗੇ ਸੀ ਸਰ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਤਫਤੀਸ਼ ਜਾ ਰਹੀ ਹੈ ਜੀ, ਸਾਹਮਣੇ ਆਊਗੀ। ਉੱਥੇ ਧਰਾਵਾਂ ਕਿਹੜੀਆਂ ਲਾਈਆਂ? 300 IPC। ਆਵਾਜ਼ੀ ਕੌਮ ਟੀਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।